ਪੰਜਾਬ ਦਾ ਵਾਤਾਵਰਣ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਹਵਾ, ਜ਼ਮੀਨ, ਪਾਣੀ ਸਭ ਜ਼ਹਿਰ ਬਣਨ ਵੱਲ ਵੱਧ ਰਹੇ ਹਨ। ਆਉਣ ਵਾਲੇ ਕੁਝ ਸਾਲ ਇਸ ਪੱਖ ਤੋਂ ਬੇਹੱਦ ਮਹੱਤਵਪੂਰਨ ਹਨ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਹਰ ਪੱਧਰ, ਚਾਹੇ ਉਹ ਸਰਕਾਰੀ ਹੋਵੇ ਜਾਂ ਸਾਡਾ ਨਿੱਜੀ, ਵਾਤਾਵਰਣ ਦੀ ਸਾਂਭ ਸੰਭਾਲ ਲਈ ਯਕੀਨੀ ਕਦਮ ਚੁੱਕੀਏ। ਸੰਸਥਾਗਤ ਰੂਪ ਵਿੱਚ ਪੰਜਾਬ ਦੇ ਵਾਤਾਵਰਣ ਦੇ ਡਿੱਗਦੇ ਜਾਂਦੇ ਪੱਧਰ ਬਾਰੇ ਆਵਾਜ਼ ਚੁੱਕਣ ਅਤੇ ਇਸ ਦੀ ਸੰਭਾਲ ਲਈ ਹਮਲੇ ਦੀ ਪਹਿਲ ਵਜੋਂ ਸੰਯੁਕਤ ਰਾਸ਼ਟਰ ਨਾਲ ਰਲ ਕੇ 2009 ਵਿੱਚ ਈਕੋ ਸਿੱਖ ਨਾਮੀ ਸੰਸਥਾ ਸਥਾਪਿਤ ਕੀਤੀ ਗਈ। ਈਕੋ ਅੰਮ੍ਰਿਤਸਰ, ਸਿੱਖ ਵਾਤਾਵਰਣ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਬਾਗ ਜਿਹੇ ਸਫਲ ਉਪਰਾਲਿਆਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਈਕੋ ਸਿੱਖ ਵੱਲੋਂ 10 ਲੱਖ ਜਾਣੀ ਕਿ 1 ਮਿਲੀਅਨ ਰੁੱਖ ਲਾਉਣ ਦਾ ਸੰਕਲਪ ਲਿਆ ਗਿਆ। ਇਨ੍ਹਾਂ ਰੁੱਖਾਂ ਨੂੰ ਗੁਰੂ ਨਾਨਕ ਪਵਿੱਤਰ ਜੰਗਲ ਵਿੱਚ ਮੀਆਂਵਾਕੀ ਵਿਧੀ ਰਾਹੀਂ ਹੁਣ ਪਿੰਡ ਪਿੰਡ, ਸ਼ਹਿਰ ਸ਼ਹਿਰ ਲਾਇਆ ਜਾ ਰਿਹਾ। ਈਕੋ ਸਿੱਖ ਸੰਸਥਾ ਨੇ ਪਿਛਲੇ 2 ਸਾਲਾਂ ਅੰਦਰ ਪੰਜਾਬ ਵਿੱਚ 360 ਤੋਂ ਵੱਧ ਜੰਗਲ ਸਥਾਪਿਤ ਕੀਤੇ ਹਨ। ਪੰਜਾਬ ਅੰਦਰ ਇਸੇ ਲਹਿਰ ਨੂੰ ਜਾਰੀ ਰੱਖਦਿਆਂ 2022 ਵਿੱਚ ਦਾਖਲ ਹੁੰਦਿਆਂ ਸਮੂਹ ਪੰਜਾਬੀਆਂ ਦੀਆਂ ਅਸੀਸਾਂ ਲਈ 18 ਦਸੰਬਰ ਦਿਨ ਸ਼ਨੀਵਾਰ ਨੂੰ ਵਿਰਚੁਅਲ ਸੈਲੀਬ੍ਰੇਸ਼ਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸ਼ਾਮਲ ਹੋ ਕੇ ਈਕੋ ਸਿੱਖ ਨੂੰ ਅਸੀਸ ਅਤੇ ਹੌਸਲਾ ਦੇਣ ਲਈ ਆਪ ਸਾਰਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ecosikh.org ਤੇ ਜਾਓ ਤੇ ਈਵੈਂਟ ਲਈ ਖੁਦ ਨੂੰ ਰਜਿਸਟਰ ਕਰੋ।